ਬਰਕਤ ਅਲੀ ਨੂੰ ਸਰਜਨ ਕੈਪਟਨ ਡਾਕਟਰ ਕਿਰਪਾਲ ਸਿੰਘ ਥਾਪਰ ਨੇ ਆਪਣਾ ਪੁੱਤਰ ਬਣਾਇਆ ਹੋਇਆ ਸੀ। ਇਹ ਦੋਵੇਂ ਲਾਹੌਰ ਵਿੱਚ ਇਕੱਠੇ ਨੌਕਰੀ ਕਰਦੇ ਸਨ। ਫਿਰ ਸੰਨ 47 ਦੇ ਰੌਲਿਆਂ ਵਿੱਚ ਬਰਕਤ ਅਲੀ ਨੇ ਹੱਕੀ ਸੱਚੀ ਪੁੱਤਰ ਬਣ ਕੇ ਵਿਖਾਇਆ ਅਤੇ ਡਾਕਟਰ ਸਾਹਿਬ ਅਤੇ ਉਹਨਾਂ ਦੇ ਘਰ ਦੇ ਜੀਆਂ ਨੂੰ ਹਿਫਾਜ਼ਤ ਨਾਲ ਬਾਰਡਰ ਪਾਰ ਕਰਵਾਇਆ ਅਤੇ ਆਪਣੀ ਜਾਨ ਵਾਰਨ ਤੱਕ ਗਿਆ। ਦੋਵੇਂ ਖਾਨਦਾਨਾਂ ਦੇ ਗੂੜ੍ਹੇ ਅਤੇ ਭੈਣ ਭਰਾਵਾਂ ਵਾਲੇ ਰਿਸ਼ਤੇ ਵੰਡ ਤੋਂ ਬਾਅਦ ਵੀ ਕਾਇਮ ਰਹੇ ਅਤੇ ਅੱਜ ਵੀ ਬਰਕਤ ਅਲੀ ਦਾ ਪੁੱਤਰ ਮੁਹੰਮਦ ਇਸਲਾਮ ਆਪਣੀ ਭੈਣ ਕੁਲਦੀਪ ਕੌਰ ਥਾਪਰ ਨਾਲ ਰਾਬਤੇ ਦੀ ਤਮੰਨਾ ਦਿਲ ਵਿੱਚ ਲਈ ਬੈਠਾ ਹੈ। ਪੇਸ਼ ਏ ਸੰਨ 47 ਦੀ ਵੰਡ ਦੇ ਹਵਾਲੇ ਨਾਲ ਇੱਕ ਹੋਰ ਨਾ ਭੁੱਲਣ ਵਾਲੀ ਸੱਚੀ ਕਹਾਣੀ। ਜਿਹੜੇ ਕਿ ਕਿਰਪਾਲ ਸਿੰਘ ਥਾਪਰ ਨੇ ਲਿਖੇ ਕਿ ਮੈਂ ਮੇਰੇ ਅਗਰ ਬਰਕਤ ਅਗਰ ਮੇਰੇ 6 ਬੇਟੇ ਹੈ ਅਤੇ 7ਵਾਂ ਬੇਟਾ ਤੂੰ ਹੈ। ਦਿੱਲੀ ਗਿਆ ਸੀ ਮੈਂ ਇਹਨੂੰ ਉਹਨੂੰ ਹੈਂਡ ਰਿਟਨ ਠੀਕ ਹੈ ਦਿੱਤਾ। ਮੈਂ ਕਿਹਾ ਇੰਦਰ ਸਿੰਘ ਨੂੰ ਫੜਾ ਦੇ ਅਤੇ ਉਹਨਾਂ ਦੀ ਬੇਟੀ ਹੈਗੀ ਹੈ ਉਹਦਾ ਨਾਂ ਹੈ ਸੀ ਕੁਲਦੀਪ ਥਾਪਰ। ਉਹਦੇ ਲੈਟਰ ਮੇਰੇ ਕੋਲ ਪਏ। ਮੈਂ ਕਹਿੰਦਾ ਪਿਆਰ ਔਰ ਮੁਹੱਬਤ ਦੇ ਨਾਲ ਭਰੇ ਹੋਏ ਬਹੁਤ ਯਾਦ ਆਉਂਦਾ ਲਹਿਰਾ ਸਿੰਘ ਬਹੁਤ ਯਾਦ ਆਉਂਦਾ। ਯਾਨੀ ਉਹ ਜਿੱਥੇ ਅਸੀਂ ਬਚਪਨ ਗੁਜ਼ਾਰਿਆ ਜਿੱਥੇ ਬੱਚਿਆਂ ਵਾਲੀ ਜਿਹੜੀ ਸ਼ਰਾਰਤਾਂ ਇਹ ਉਹ ਹੈ ਬਹੁਤ ਯਾਦ ਆਉਂਦਾ। ਇਸ ਤੋਂ ਬਾਅਦ ਜਿਹੜੀ ਸਟੋਰੀ ਦਾ ਦੂਸਰਾ ਹਿੱਸਾ, ਮੇਰੇ ਵਾਲਿਦ ਸਾਹਿਬ ਨੇ ਮਿਲਟਰੀ 'ਚ ਵੀ ਸਰਵਿਸ ਕੀਤੀ ਅਤੇ ਇੱਕ ਸਿੱਖ ਸਿਵਲ ਸਰਜਨ ਇੱਥੇ ਸੀ ਜਿਹਦੇ ਕਾਗਜ਼ਾਤ ਮੇਰੇ ਕੋਲ ਪਏ ਹੈਗੇ ਆ ਕਿਰਪਾਲ ਸਿੰਘ ਥਾਪਰ। ਕਿਰਪਾਲ ਸਿੰਘ ਥਾਪਰ ਸਿਵਲ ਸਰਜਨ 15 ਇਨਫੈਂਟਰੀ ਰੋਡ ਦੇ ਉੱਤੇ ਇਹਨਾਂ ਦੀ ਕੋਠੀ ਹੁਣ ਵੀ ਕਾਇਮ ਹੈ ਔਰ ਉੱਥੇ ਪੀਰਜ਼ਾਦਾ ਸਾਹਿਬ ਰਹਿੰਦੇ ਹੈ। ਅੱਜ ਜਿਹੜੀ ਇਹ ਕਿਰਪਾਲ ਸਿੰਘ ਥਾਪਰ ਦੀ ਜਿਹੜਾ ਪਰਿਵਾਰ ਹੈ ਨਾ ਇਹ ਸਿਰਫ ਬਰਕਤ ਦੀ ਵਜ੍ਹਾ ਨਾਲ। ਬਰਕਤ ਅਲੀ ਨੇ ਆਖੇ ਸਾਨੂੰ ਐਸਕੋਰਟ ਕੀਤਾ ਜਿਸ ਵੇਲੇ ਸਾਡੀ ਟ੍ਰੇਨ ਚੱਲੀ ਹੈ ਅਤੇ ਹਰਬੰਸਪੁਰ ਰੋਕ ਲਿੱਤੀ ਹੈ। ਹਰਬੰਸਪੁਰ ਉੱਥੇ ਕਤਲੇਆਮ ਸ਼ੁਰੂ ਹੋ ਗਿਆ ਅਤੇ ਅੱਬਾ ਜੀ ਫੌਜੀ ਵਰਦੀ ਸੀਗੇ ਔਰ ਸ਼ਾਇਦ ਅਸਲਾ ਵੀ ਹੋਵੇ ਅਤੇ ਕਤਲੇਆਮ ਸ਼ੁਰੂ ਹੋ ਗਿਆ ਜਨਾਬ ਇੱਧਰ ਚੀਖੋ ਪੁਕਾਰ ਇੱਧਰ ਚੀਖੋ ਪੁਕਾਰ ਅਤੇ ਅੱਬਾ ਜੀ ਨੇ ਕਿਹਾ ਕਹਿੰਦੇ ਕਿ ਮੇਰੀ ਮੈਂ ਇਸ ਖਾਨਦਾਨ ਨੂੰ ਮੈਂ ਮਰਨ ਨਹੀਂ ਦੇਣਾ ਮੇਰੀ ਲਾਸ਼ ਦੇ ਉੱਤੋਂ ਦੀ ਤੁਸੀਂ ਇਹਨੂੰ ਮਾਰੋਗੇ ਅਤੇ ਅੱਜ ਆਖੇ ਸਾਡਾ ਪਰਿਵਾਰ ਜਿਹੜਾ ਜ਼ਿੰਦਾ ਨਜ਼ਰ ਆਉਂਦਾ ਨਾ ਸਿਰਫ ਬਰਕਤ ਅਲੀ ਦੀ ਵਜ੍ਹਾ ਨਾਲ ਹੈ। ਬਰਕਤ ਅਲੀ ਨੇ ਉਹ ਪੂਰੇ ਪਰਿਵਾਰ ਨੂੰ ਪੂਰੇ ਖਾਨਦਾਨ ਨੂੰ ਅਟਾਰੀ ਤੱਕ ਛੱਡ ਕੇ ਆਏ ਜੀ। ਅੱਛਾ ਟ੍ਰੇਨ ਜਿਹੜੀ ਹੈ ਨਾ ਅਟਾਰੀ ਤੋਂ ਬਾਅਦ ਦੇ ਵਿੱਚ ਜਾ ਕੇ ਫਿਰ ਉੱਥੇ ਫਿਰ ਹਿੰਦੂ ਸਿੱਖ ਮਿਲਟਰੀ ਆ ਜਾਂਦੀ ਸੀ ਉਹ ਅੱਗੇ ਲੈ ਜਾਂਦੇ ਸੀ। ਠੀਕ ਹੈ ਫਿਰ ਉਹ ਉਹਨਾਂ ਨੂੰ ਬਰਕਤ ਅਲੀ ਦਾ ਉਹ ਅਹਿਸਾਨ ਯਾਦ ਸੀ। ਹਾਂ ਅਹਿਸਾਨ ਯਾਦ ਮੈਂ ਤੁਹਾਨੂੰ ਦੱਸਿਆ ਨਾ ਕਿ ਉਹ ਕਹਿੰਦੇ ਜੀ ਸਾਡਾ ਅੱਜ ਪਰਿਵਾਰ ਜਿਹੜਾ ਨਜ਼ਰ ਆ ਰਿਹਾ ਇਹ 15-20 ਬੰਦਿਆਂ ਦਾ ਸਿਰਫ ਬਰਕਤ ਦੀ ਵਜ੍ਹਾ ਨਾਲ ਹੈ ਵਰਨਾ ਤਾਂ ਕਤਲੇਆਮ ਬਿਲਕੁਲ ਮਾਰ ਦੇਣਾ ਸੀ ਉਹਨਾਂ ਨੇ। ਅੱਛਾ ਇਸ ਦੌਰਾਨ 'ਚ ਸਾਨੂੰ ਡੇਰਾ ਬਸੀ ਉਹਨਾਂ ਦੀ ਬੇਟੀ ਦਾ ਕਿਰਪਾਲ ਸਿੰਘ ਥਾਪਰ ਦੀ ਬੇਟੀ ਦਾ ਮੋਹਣੀ ਥਾਪਰ ਉਹਨਾਂ ਦਾ ਨਾਂ ਅਤੇ ਉਹ ਡੇਰਾ ਬਸੀ ਅਜੇ ਉੱਥੇ ਸੀ ਡੇਰਾ ਬਸੀ ਉਹਨੇ ਲੈਟਰ ਲਿਖਿਆ ਅਖੇ ਬਰਕਤ ਅਖੇ ਤੁਸੀਂ ਫੌਰਨ ਅਖੇ ਤੁਸੀਂ ਲਾਹੌਰ ਪਹੁੰਚੋ ਔਰ ਅੰਮ੍ਰਿਤਸਰ ਨਾ ਉਤਰਨਾ ਕਿਉਂਕਿ ਅੰਮ੍ਰਿਤਸਰ ਮੁਸਲਮਾਨਾਂ ਵਾਸਤੇ ਮਹਿਫੂਜ਼ ਜਗ੍ਹਾ ਨਹੀਂ ਹੈਗੀ। ਜਿਸ ਤਰ੍ਹਾਂ ਹੁੰਦਾ ਨਾ ਕਿ ਇੱਕ ਘਰੇਲੂ ਮਾਹੌਲ ਬਿਲਕੁਲ ਘਰ ਵਾਲੀ ਔਰ ਅੱਬਾ ਜੀ ਜਿਹੜੇ ਕਿ ਕਿਰਪਾਲ ਸਿੰਘ ਥਾਪਰ ਨੇ ਲਿਖੇ ਕਿ ਮੈਂ ਮੇਰੇ ਅਗਰ ਬਰਕਤ ਅਗਰ ਮੇਰੇ 6 ਬੇਟੇ ਹੈ ਅਤੇ 7ਵਾਂ ਬੇਟਾ ਤੂੰ ਹੈ। ਅੱਛਾ ਜੀ ਅਤੇ 7ਵਾਂ ਬੇਟਾ ਤੂੰ ਹੈ ਅਤੇ
ਅਤੇ ਜਦੋਂ ਅਸੀਂ ਡੇਰਾ ਬਸੀ 'ਚ ਹੀ ਹੈਗੇ ਹਾਂ, ਇਹਨਾਂ ਦੀ ਬੇਟੀ ਦਾ ਸਾਡੇ ਕੋਲ ਲੈਟਰ ਪਹੁੰਚਿਆ, ਅੰਗਰੇਜ਼ੀ 'ਚ ਲਿਖੇ ਮੋਹਣੀ ਥਾਪਰ ਉਹਦਾ ਨਾਂ ਸੀ। ਠੀਕ ਹੈ। ਉਹਨੇ ਕਿਹਾ ਜੀ ਇੱਥੇ ਆ ਕੇ ਦੇਖਿਆ ਅਤੇ ਉਹ ਕਬਜ਼ਾ ਕਰ ਲਿਆ ਤਾਂ ਸੀ। ਮੋਹਣੀ ਥਾਪਰ ਨੇ ਕਿਹਾ ਸੀ ਵੀ ਲਾਹੌਰ 'ਚ ਸਾਡੀ ਕੋਠੀ ਹੈ, ਤੁਸੀਂ ਉੱਥੇ ਚਲੇ ਜਾਓ। ਹਾਂ, ਉੱਥੇ ਕਬਜ਼ਾ ਅਨਲੋਕਡ ਅਸੀਂ ਛੱਡ ਕੇ ਆਏ ਹਾਂ ਜੀ, ਅਤੇ ਤੁਸੀਂ ਜਾ ਕੇ ਕਬਜ਼ਾ ਕਰ ਲਓ ਅਤੇ ਬਸ। ਉਹ ਕੋਠੀ ਕਿਹੜੀ ਜਗ੍ਹਾ ਲਾਹੌਰ? 15 ਇਨਫੈਂਟਰੀ ਰੋਡ ਧਰਮਪੁਰਾ। ਠੀਕ ਹੈ ਜੀ। ਅਤੇ ਇਹ ਜਿਸ ਵੇਲੇ ਚੱਲੇ ਹੈਗੇ ਆ, ਅਤੇ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਪਾਕਿਸਤਾਨ ਆ ਗਏ ਹਾਂ, ਅਤੇ ਅਸੀਂ ਡੇਰਾ ਗਾਜ਼ੀ ਖਾਨ ਤੋਂ ਫਿਰ ਸਾਡੇ, ਕਿਉਂਕਿ ਸਾਡੇ ਇਲਾਕੇ ਦਾ ਬੰਦਾ ਕੋਈ ਨਹੀਂ ਸੀ ਉੱਥੇ, ਉੱਥੇ ਜ਼ਿਆਦਾਤਰ ਰੋਹਤਕ, ਹਿਸਾਰ, ਗੁੜਗਾਵਾਂ ਇੱਧਰ ਦੇ ਲੋਕ ਸੀਗੇ, ਅਤੇ ਆਪਣੇ ਰਿਸ਼ਤੇਦਾਰਾਂ ਦੇ ਅੰਦਰ ਪਤਾ ਚੱਲਦਾ ਸੀ ਜੀ ਕਿ ਉਹ ਲਾਇਲਪੁਰ ਹੈਗੇ ਆ। ਠੀਕ ਹੈ। ਅਤੇ ਅਸੀਂ, ਸਾਡੀ ਵਾਲਦਾ ਨੇ ਕਿਹਾ, ਸਾਰਿਆਂ ਨੇ ਜੀ ਅਸੀਂ ਲਾਇਲਪੁਰ ਚੱਲੋ। ਲਾਇਲਪੁਰ ਪਹੁੰਚੇ ਹਾਂ ਅਤੇ ਲਾਇਲਪੁਰ ਪਹੁੰਚ ਕੇ ਫਿਰ ਅਸੀਂ ਮਾਈ ਦੀ ਝੁੱਗੀ ਰਹੇ ਹਾਂ। ਅੱਛਾ ਜੀ। ਮਾਈ ਦੀ ਝੁੱਗੀ ਦੇ ਨਾਲ ਹੀ ਨਿਊ ਸਿਵਲ ਲਾਈਨ ਹੈਗੀ ਹੈ, ਉੱਥੇ ਇੱਕ ਹਾਤਾ ਸੀ, ਕਹਿੰਦੇ ਸੀ ਉਹਨੂੰ ਕੋਠੀ ਨੰਬਰ 30, ਲੇਕਿਨ ਹੈ ਸੀ ਹਾਤਾ ਜਿਹਦੇ 'ਚ 25-30 ਘਰ ਆਬਾਦ ਸੀਗੇ, ਔਰ ਸਾਡੇ ਸਾਰੇ ਰਿਸ਼ਤੇਦਾਰ ਸੀ। ਠੀਕ ਹੈ। ਅਤੇ ਇਹ ਕੋਈ 1949 ਦੀ ਗੱਲ ਹੈ, ਅਤੇ ਅਸੀਂ ਉੱਥੇ ਕੋਠੀ ਨੰਬਰ 30 'ਚ ਰਹੇ ਹਾਂ, ਅਤੇ ਇਸ ਦੌਰਾਨ 'ਚ ਕਿਰਪਾਲ ਸਿੰਘ ਥਾਪਰ ਦੇ ਨਾਲ ਔਰ ਹੋਰ ਉਹਨਾਂ ਦੇ ਬੇਟਿਆਂ ਦੇ ਨਾਲ ਖਤੋ ਕਿਤਾਬਤ ਹੁੰਦੀ ਰਹੀ ਹੈ। ਬੜੇ ਬੜੇ ਪਿਆਰੇ 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 ਖਤ ਲਿਖੇ ਹੈ। ਅਤੇ ਉਸ ਤੋਂ ਬਾਅਦ ਮੇਰੇ ਵਾਲਦ ਸਾਹਿਬ ਫੌਤ ਹੋ ਗਏ ਜੀ 68 ਦੇ ਵਿੱਚ। 68 ਤੋਂ ਬਾਅਦ ਫਿਰ ਖਤੋ ਕਿਤਾਬਤ ਦਾ ਸਿਲਸਿਲਾ ਬੰਦ ਹੋ ਗਿਆ। ਹਿੰਦੁਸਤਾਨ 'ਚ ਕਿਰਪਾਲ ਸਿੰਘ ਸਾਹਿਬ ਕਿੱਥੇ ਰਹਿੰਦੇ ਸੀ? ਮਾਲਵੀਆ ਨਗਰ, ਨਿਊ ਦਿੱਲੀ। ਮਾਲਵੀਆ ਨਗਰ ਕੋਈ ਜਗ੍ਹਾ ਹੈਗੀ ਹੈ, 78 ਮਾਲਵੀਆ ਨਗਰ, ਨਿਊ ਦਿੱਲੀ। 78 ਮਾਲਵੀਆ ਨਗਰ, ਨਿਊ ਦਿੱਲੀ। ਅਤੇ ਜਿਹੜੀ ਉਹਨਾਂ ਦੀ ਬੇਟੀ ਸੀ ਮੋਹਣੀ? ਹਾਂਜੀ, ਉਹਨਾਂ ਦੇ ਬੱਚੇ ਮਾਸ਼ਾ ਅੱਲਾਹ 6 ਬੇਟੇ, ਕੋਈ 5-6 ਬੇਟੀਆਂ ਹੈਂਜੀ, ਉਹਨਾਂ ਦੇ ਨਾਲ ਮੁਖਤਲਿਫ ਔਕਾਤ 'ਤੇ ਖਤੋ ਕਿਤਾਬਤ ਹੁੰਦੀ ਰਹੀ ਹੈ। ਉਹਨਾਂ ਦੇ ਬੇਟੇ ਬੇਟੀਆਂ ਦੇ ਨਾਂ ਯਾਦ ਨੇ ਕੋਈ ਤੁਹਾਨੂੰ? ਨਹੀਂ, ਸਾਰਿਆਂ ਦੇ ਨਾਂ ਯਾਦ ਨਹੀਂ ਹੈਗੇ, ਲੇਕਿਨ ਉਹਨਾਂ ਦੀ ਮੁਹੱਬਤ ਦਾ ਇਹ ਅੰਦਾਜ਼ਾ ਲਾ ਲਓ ਕਿ ਕਿਰਪਾਲ ਸਿੰਘ ਥਾਪਰ ਦੇ ਬੇਟਿਆਂ ਨੇ ਆਪਣੇ ਵਾਲਦ ਦੇ ਮਰਨ 'ਤੇ ਕਿਹਾ ਕਿ ਜੀ ਤੁਸੀਂ ਆਓ, ਸਾਡੇ ਵਾਲਦ ਦਾ ਅਖੰਡ ਪਾਤ, ਪਤਾ ਨਹੀਂ ਅਖੰਡ ਪਾਤ ਕੀ ਚੀਜ਼ ਹੁੰਦੀ ਹੈ, ਜਿਸ ਤਰ੍ਹਾਂ ਅਸੀਂ ਸਾਡੇ ਖਤਮ ਦੁਆਏ ਜਾਂਦੇ, ਜਿਸ ਤਰ੍ਹਾਂ ਅਸੀਂ ਕੁਲ 47 ਦੇ ਖਤਮ, ਤੁਸੀਂ ਆਓ ਅਤੇ ਆ ਕੇ ਅਖੰਡ ਪਾਤ 'ਚ ਹਿੱਸਾ ਲਵੋ। ਬੇਟਿਆਂ ਵੱਲੋਂ 6-7 ਬੇਟੇ। ਫਿਰ ਉਸ ਤੋਂ ਬਾਅਦ ਉਹਨਾਂ ਦੀ ਵਾਲਦਾ ਫੌਤ ਹੋਈ, ਵਾਲਦਾ ਦੀ ਫੌਤ ਦੇ ਉੱਤੇ ਵੀ ਮੇਰੇ ਕੋਲ ਖਤ ਪਏ ਹੈ, ਅਤੇ ਉਹਦੇ 'ਚ ਵੀ ਲਿਖਿਆ ਕਿ ਸਾਡੀ ਮਾਤਾ ਪੂਰੇ ਹੋ ਗਏ, ਆਪਣੇ ਕੀ ਹੋ ਗਏ, ਉਹ ਸਵਰਗਵਾਸ ਹੋ ਗਈ ਹੈ, ਅਤੇ ਤੁਸੀਂ ਆਓ ਅਤੇ ਆ ਕੇ। ਅਤੇ ਚੱਲਦਾ ਰਿਹਾ, ਆਖਿਰਕਾਰ ਇੱਕ ਦਿਨ ਮੈਂ ਜਦੋਂ ਮੇਰੀ ਪੋਸਟਿੰਗ ਗੁਜਰਾਂ ਵਾਲੇ ਸੀ ਐਜ਼ ਡਾਇਰੈਕਟਰ ਡਿਵੈਲਪਮੈਂਟ, ਅਤੇ ਉਹਨਾਂ ਦਾ ਇੱਕ ਜਿਹਦੀ ਫੋਟੋ ਵੀ ਮੇਰੇ ਕੋਲ ਹੈਗੀ, ਮੈਂ ਦਿਖਾਵਾਂਗਾ ਤੁਹਾਨੂੰ। ਇੰਦਰ ਸਿੰਘ ਔਰ ਗੁਰਬਚਨ ਸਿੰਘ, ਹੋਰ ਵੀ ਬੇਟੇ ਸੀ ਲੇਕਿਨ ਇੰਦਰ ਸਿੰਘ ਔਰ ਗੁਰਬਚਨ ਸਿੰਘ, ਇਹਨਾਂ ਦਾ ਮੈਨੂੰ ਯਾਦ ਹੈਗਾ, ਇਹਨਾਂ ਦੇ ਖਤ ਵੀ ਪਏ ਆ ਮੇਰੇ ਕੋਲ। ਅਤੇ ਇਹਨਾਂ ਦੀ ਇੰਦਰ ਸਿੰਘ ਦੇ ਨਾਲ ਜ਼ਿਆਦਾ ਖਤੋ ਕਿਤਾਬਤ ਸੀ, ਅਤੇ ਮੈਂ ਆਪਣੇ ਭਤੀਜੇ ਨੂੰ ਜਿਹੜਾ ਕਿ ਦਾਤਾ ਨਗਰ ਦੇ ਵਿੱਚ, ਉਹਦਾ ਨਾਂ ਖੁਰਸ਼ੀਦ ਸੀ, ਫੌਤ ਹੋ ਗਿਆ, ਉਹਨੂੰ ਮੈਂ ਹੈਂਡ ਰਿਟਨ ਖਤ ਲਿਖ ਦਿੱਤਾ। ਮੈਂ ਕਿਹਾ ਯਾਰ ਮੈਂ ਹੋਰ ਅੰਦਰ ਨਹੀਂ ਜਾਣਦਾ, ਮੈਂ ਤਾਂ ਉਸ ਵੇਲੇ ਬੱਚਾ ਸੀ, ਅਤੇ ਤੂੰ ਜਾ ਕੇ ਇੰਦਰ ਸਿੰਘ ਨੂੰ ਮਿਲਣਾ। ਉਹ ਇੰਦਰ ਸਿੰਘ ਕੋਲ ਗਿਆ, ਉਹਨਾਂ ਨੇ ਕਿਹਾ ਜੀ ਇਹ ਇੱਕ ਇਨਸਾਨੀਅਤ ਵਾਲੀ ਮੈਂ ਗੱਲ ਕਰ ਰਿਹਾ, ਅਤੇ ਉਹ ਜੁੰਮੇ ਵਾਲੇ ਦਿਨ ਗਿਆ। ਜੁੰਮੇ ਵਾਲੇ ਦਿਨ ਉਹਨਾਂ ਨੇ ਕਿਹਾ ਜੀ ਕਿਉਂਕਿ ਸਾਡੇ ਛੁੱਟੀ ਨਹੀਂ ਹੁੰਦੀ, ਸਾਡੇ ਮਰਦ ਹਜ਼ਰਾਤ ਜਿਹੜੇ ਹੈਗੇ ਆ ਉਹ ਕੋਈ ਬਿਜ਼ਨਸ 'ਚ ਹੁੰਦਾ, ਕੋਈ ਆਪਣੇ ਦੁਕਾਨਾਂ 'ਤੇ ਗਿਆ ਹੁੰਦਾ, ਕੋਈ ਆਪਣੇ ਆਫਿਸ ਦੇ ਵਿੱਚ ਜਾਂ ਮੁਖਤਲਿਫ ਦਫ਼ਤਰਾਂ 'ਚ। ਬਿਹਤਰ ਇਹ ਹੋਈ ਹੈ ਕਿ ਤੁਸੀਂ ਆਪਣੇ ਆਓ
ਇਤਵਾਰ ਵਾਲੇ ਇਹ ਕਿੱਥੇ ਗਏ ਸੀ? ਇਤਵਾਰ ਵਾਲੇ ਦਿਨ ਦਿੱਲੀ 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 ਗਏ ਸੀ ਦਿੱਲੀ ਗਿਆ ਸੀ ਮੈਂ ਇਹਨੂੰ ਉਹਨੂੰ ਹੈਂਡ ਰਿਟਨ ਠੀਕ ਹੈ ਦਿੱਤਾ ਮੈਂ ਖਿਆ ਇੰਦਰ ਸਿੰਘ ਨੂੰ ਫੜਾ ਦੇ ਅਤੇ ਜਿਹੜੀ ਦਿਲਚਸਪ ਗੱਲ ਕਰੀ ਔਰ ਬੜੇ ਪਿਆਰ ਵਾਲੀ ਗੱਲ ਹੈ ਇੰਦਰ ਸਿੰਘ ਨੇ ਆਪਣੀ ਵਾਲਦਾ ਉਹਦੀ ਜ਼ਿੰਦਾ ਸੀ ਉੱਥੇ ਉਹ ਕਿਸੇ ਦੂਸਰੀ ਤੀਸਰੀ ਚੌਥੀ ਕੋਠੀ 'ਚ ਗਈ ਸੀ ਅਖੇ ਬਰਕਤ ਦਾ ਪੋਤਾ ਆਇਆ ਪਾਕਿਸਤਾਨ 'ਚੋਂ ਅੱਛਾ ਜੀ ਔਰ ਉਹ ਤੁਹਾਡੇ ਆਪਣੇ ਵਾਲਦ ਨੂੰ ਕੀ ਕਹਿੰਦੇ ਪਿਤਾ ਜੀ ਦੇ ਖਤ ਲਿਖੇ ਹੋਏ ਉਹ ਵੀ ਇੱਕ ਲੈ ਕੇ ਆਇਆ ਅਤੇ ਉਹ ਕਹਿੰਦੇ ਅਖੇ ਬਸ ਮੈਂ 10 ਮਿੰਟਾਂ 'ਚ ਆਈ ਅਖੇ 10 ਮਿੰਟਾਂ 'ਚ ਆਈ ਆ ਅਤੇ ਆ ਕੇ ਅੰਦਰ ਬੈਠੇ ਹਾਂ ਪੁੱਛਿਆ ਅਖੇ ਤੁਸੀਂ ਕਿਸ ਤਰ੍ਹਾਂ ਇਹਨੂੰ ਅੰਦਰ ਵਾੜਿਆ ਕਹਿੰਦਾ ਜੀ ਬਸ ਮੈਂ ਅਸੀਂ ਡਰਾਇੰਗ ਰੂਮ 'ਚ ਬਿਠਾ ਦਿੱਤਾ ਅਤੇ ਚਾਹ ਪਾਣੀ ਮੈਂ ਪੁੱਛਿਆ ਚਾਹ ਪੀ ਲਈ ਔਰ ਕਹਿੰਦੇ ਨਹੀਂ ਇਹਨੂੰ ਬਾਹਰ ਕੱਢੋ ਅਤੇ ਉਹ ਫਿਰ ਜਨਾਬ ਉਹ ਘੀ ਬੂਰਾ ਜਾਂ ਸ਼ੱਕਰ ਬੂਰਾ ਕਹਿ ਲਓ ਜਾਂ ਸ਼ੱਕਰ ਘੀ ਲੈ ਲਓ ਇਸ ਤਰ੍ਹਾਂ ਪਰੋਸ ਕੇ ਲਿਆਈ ਅਖੇ ਜਿਹਨਾਂ ਨੇ ਸਾਡੇ 'ਤੇ ਅਹਿਸਾਨ ਕੀਤਾ ਹੋਵੇ ਨਾ ਅਤੇ ਅਖੇ ਅਸੀਂ ਉਹਨੂੰ ਬਗੈਰ ਉਹਨੂੰ ਮੂੰਹ ਮਿੱਠਾ ਕੀਤਿਆਂ ਬਗੈਰ ਅੰਦਰ ਨਹੀਂ ਆਉਣ ਦੇਈਦਾ ਅਤੇ ਅੱਜ ਜਿਹੜੀ ਅਖੇ ਕਿਰਪਾਲ ਸਿੰਘ ਥਾਪਰ ਦੀ ਜਿਹੜਾ ਪਰਿਵਾਰ ਹੈ ਨਾ ਇਹ ਸਿਰਫ ਬਰਕਤ ਦੀ ਵਜ੍ਹਾ ਨਾਲ ਬਰਕਤ ਅਲੀ ਨੇ ਅਖੇ ਸਾਨੂੰ ਐਸਕੋਰਟ ਕੀਤਾ ਜਿਸ ਵੇਲੇ ਸਾਡੀ ਟ੍ਰੇਨ ਚੱਲੀ ਹੈ ਅਤੇ ਹਰਬੰਸਪੁਰੇ ਰੋਕ ਲਿੱਤੀ ਹੈ ਹਰਬੰਸਪੁਰੇ ਉੱਥੇ ਕਤਲੇਆਮ ਸ਼ੁਰੂ ਹੋ ਗਿਆ ਅਤੇ ਅੱਬਾ ਜੀ ਫੌਜੀ ਵਰਦੀ ਸੀਗੇ ਔਰ ਸ਼ਾਇਦ ਅਸਲਾ ਵੀ ਹੋਵੇ ਅਤੇ ਕਤਲੇਆਮ ਸ਼ੁਰੂ ਹੋ ਗਿਆ ਜਨਾਬ ਇੱਧਰ ਚੀਖੋ ਪੁਕਾਰ ਇੱਧਰ ਚੀਖੋ ਪੁਕਾਰ ਅਤੇ ਅੱਬਾ ਜੀ ਨੇ ਕਿਹਾ ਕਹਿੰਦੇ ਕਿ ਮੇਰੀ ਮੈਂ ਇਸ ਖਾਨਦਾਨ ਨੂੰ ਮੈਂ ਮਰਨ ਨਹੀਂ ਦੇਣਾ ਮੇਰੀ ਲਾਸ਼ ਦੇ ਉੱਤੋਂ ਦੀ ਤੁਸੀਂ ਇਹਨੂੰ ਮਾਰੋਗੇ ਅਤੇ ਅੱਜ ਅਖੇ ਸਾਡਾ ਪਰਿਵਾਰ ਜਿਹੜਾ ਜ਼ਿੰਦਾ ਨਜ਼ਰ ਆਉਂਦਾ ਨਾ ਸਿਰਫ ਬਰਕਤ ਅਲੀ ਦੀ ਵਜ੍ਹਾ ਨਾਲ ਹੈ ਬਰਕਤ ਅਲੀ ਨੇ ਉਹ ਪੂਰੇ ਪਰਿਵਾਰ ਨੂੰ ਪੂਰੇ ਖਾਨਦਾਨ ਨੂੰ ਅੱਗਾਂ ਪਹੁੰਚਾਇਆ ਅਟਾਰੀ ਤੱਕ ਛੱਡ ਕੇ ਆਏ ਜੀ ਅੱਛਾ ਟ੍ਰੇਨ ਜਿਹੜੀ ਹੈ ਨਾ ਅਟਾਰੀ ਤੋਂ ਅਟਾਰੀ ਦੇ ਵਿੱਚ ਜਾ ਕੇ ਫਿਰ ਉੱਥੇ ਫਿਰ ਹਿੰਦੂ ਸਿੱਖ ਮਿਲਟਰੀ ਆ ਜਾਂਦੀ ਸੀ ਉਹ ਅੱਗੇ ਲੈ ਜਾਂਦੇ ਸੀ ਠੀਕ ਹੈ ਫਿਰ ਉਹ ਉਹਨਾਂ ਨੂੰ ਬਰਕਤ ਅਲੀ ਦਾ ਉਹ ਅਹਿਸਾਨ ਯਾਦ ਸੀ ਹਾਂ ਅਹਿਸਾਨ ਯਾਦ ਮੈਂ ਤੁਹਾਨੂੰ ਦੱਸਿਆ ਨਾ ਕਿ ਉਹ ਕਹਿੰਦੇ ਜੀ ਸਾਡਾ ਅੱਜ ਪਰਿਵਾਰ ਜਿਹੜਾ ਨਜ਼ਰ ਆ ਰਿਹਾ ਇਹ 15-20 ਬੰਦਿਆਂ ਦਾ ਸਿਰਫ ਬਰਕਤ ਦੀ ਵਜ੍ਹਾ ਨਾਲ ਹੈ ਵਰਨਾ ਤਾਂ ਕਤਲੇਆਮ ਬਿਲਕੁਲ ਮਾਰ ਦੇਣਾ ਸੀ ਉਹਨਾਂ ਨੇ ਅੱਛਾ ਫਿਰ ਉਹਨਾਂ ਨੇ ਘਰ ਉਹਨਾਂ ਨੂੰ ਹਾਂਜੀ ਉਹਨਾਂ ਨੇ ਫਿਰ ਇੱਜ਼ਤ ਨਾਲ ਉਹਨਾਂ ਨੂੰ ਘਰ ਦਾਖਲ ਕੀਤਾ ਹਾਂ ਘਰ ਦਾਖਲ ਕੀਤਾ ਔਰ ਉਹ ਕਹਿਣ ਲੱਗੇ ਕਿ ਜਿੰਨੇ ਦਿਨ ਇੱਥੇ ਰਵੇ ਅਤੇ ਹਰ ਰੋਜ਼ ਸਾਨੂੰ ਦਰਸ਼ਨ ਕਰਾ ਕੇ ਜਾਇਆ ਕਰਨੇ ਠੀਕ ਅਤੇ ਉਹਨਾਂ ਦੀ ਬੇਟੀ ਹੈਗੀ ਹੈ ਉਹਦਾ ਨਾਂ ਹੈ ਸੀ ਕੁਲਦੀਪ ਥਾਪਰ ਉਹਦੇ ਲੈਟਰ ਮੇਰੇ ਕੋਲ ਪਏ ਮੈਂ ਕਹਿੰਦਾ ਪਿਆਰ ਔਰ ਮੁਹੱਬਤ ਦੇ ਨਾਲ ਭਰੇ ਹੋਏ ਵੀ ਨਹੀਂ ਇੰਨੇ ਤੱਕ ਇੱਥੇ ਤੱਕ ਇੱਕ ਲੈਟਰ ਪਿਆ ਹੋਏਗਾ ਕਿ ਅਖੇ ਆਪਣੀ ਬੱਚੀਆਂ ਨੂੰ ਕਹੋ ਕਿ ਕਿਸੇ ਵੇਲੇ ਆ ਕੇ ਆਪਣੀ ਬੂਆ ਜੀ ਨੂੰ ਮਿਲ ਜਾਣ ਬੂਆ ਜੀ ਯਾਨੀ ਸਾਡੇ ਫੂਫੀ ਨੂੰ ਬੂਆ ਜੀ ਕਹਿੰਦੇ ਆ ਤੁਹਾਨੂੰ ਉਹਨਾਂ ਨੇ ਭਰਾ ਬਣਾਇਆ ਸੀ ਮੈਨੂੰ ਭਰਾ ਬਣਾਇਆ ਸੀ ਮੈਂ ਫਿਰ ਆਪਣੀ ਇਹਨਾਂ ਦੀ ਅੰਮੀ ਦੀ ਫੋਟੋਆਂ ਵੀ ਭੇਜੀਆਂ ਇਹਨਾਂ ਦੀ ਵੀ ਫੋਟੋਆਂ ਭੇਜੀਆਂ ਫਿਰ ਉਹ ਇਹਨਾਂ ਦੀ ਅੰਮੀ ਦੇ ਫੌਤ ਹੋਣ 'ਤੇ ਵੀ ਭੇਜਿਆ ਔਰ ਜਿਹੜੇ ਖਤ ਉਹਦਾ ਮੈਂ ਕਹਿੰਦਾ ਅੰਗਰੇਜ਼ੀ ਕਿਆ ਬਾਤ ਹੈ ਹਾਏ 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 ਮਜ਼ਾ ਆਉਂਦਾ ਪੜ੍ਹ ਕੇ ਦੇ ਜੀ ਕਰਦਾ ਕਿ ਬਾਹਰ ਬਾਹਰ ਪੜ੍ਹਿਆ ਜਾਵੇ ਬਾਹਰ ਬਾਹਰ ਪੜ੍ਹਿਆ ਜਾਵੇ ਸੋ ਇਹ ਹੈ ਜੀ ਸਟੋਰੀ ਉਸ ਖਾਨਦਾਨ ਨਾਲ ਤੁਹਾਡਾ ਆਖਰੀ ਰਾਬਤਾ ਕਦੋਂ ਤੱਕ ਰਿਹਾ ਮੈਂ 1995 'ਚ ਰਿਟਾਇਰ ਹੋਇਆ ਜੀ ਅਤੇ 1993 ਦੀ ਇਹ ਕੋਰਸਪੋਂਡੈਂਸ ਹੈਗੀ ਹੈ ਫਿਰ ਵੀ ਖਤ ਪੱਤਰ ਆਉਂਦੇ ਰਹੇ ਲੇਕਿਨ 2009 ਜਾਂ 2010 ਤੋਂ ਬਾਅਦ ਫਿਰ ਸਿਲਸਿਲਾ ਖਤਮ ਹੋ ਗਿਆ ਅਤੇ ਜਾਂ ਤਾਂ ਉਹ ਅੱਲਾ ਮੀਆਂ ਨੂੰ ਪਿਆਰੀ ਸੁਰਗਬਾਸ਼ ਹੋ ਗਈ ਹੋਣੀ ਹੈ ਜਾਂ ਸਾਨੂੰ ਅੱਲਾਹ ਤਾਲਾ ਨੇ ਜ਼ਿੰਦਗੀ ਦਿੱਤੀ ਹੈ ਆਖਰੀ ਲੈਟਰ ਤੁਹਾਨੂੰ ਕੁਲਦੀਪ ਥਾਪਰ ਦਾ ਮਿਲਿਆ
ਹਾਂਜੀ ਹਾਂ ਕੁਲਦੀਪ ਥਾਪਰ ਕੁਲਦੀਪ ਥਾਪਰ ਥਾਪਰ ਕੋਈ ਕੌਮ ਸੀ ਥਾਪਰ ਇਹਨਾਂ ਦਾ ਉਹ ਹੈਗਾ ਜਿਹਨੂੰ ਕਹੀਦਾ ਕਬੀਲਾ ਗੋਤ ਗੋਤ ਕਹਿ ਲਓ ਥਾਪਰ ਜਿਸ ਤਰ੍ਹਾਂ ਚੀਮੇ ਛੱਠੇ ਤਾਰੜ ਇਹ ਜੀ ਜੀ ਬਿਲਕੁਲ ਬਿਲਕੁਲ ਥਾਪਰ ਥਾਪਰ ਠੀਕ ਹੈ ਜੀ ਹੁਣ ਦਿਲ ਕਰਦਾ ਕਿ ਉਸ ਫੈਮਿਲੀ ਦੇ ਉਸ ਖਾਨਦਾਨ ਦੇ ਕਿਸੇ ਬੰਦੇ ਨਾਲ ਗੱਲ ਕੀਤੀ ਜਾਏ ਅਗਰ ਉਹ ਜਿਉਂਦੇ ਹੋਣ ਵੱਡਿਆਂ 'ਚ ਮੇਰੇ ਕੋਲ ਚਲੋ ਇਹ ਮੈਂ ਬਾਅਦ 'ਚ ਜੀ ਫੋਟੋ ਬਣਾ ਤਸਵੀਰ ਬਣਾ ਲੈਂਦਾ ਮੈਂ ਫੋਟੋ ਲਾ ਕੇ ਤੁਹਾਡੀ ਵੀਡੀਓ ਦੇ ਉੱਤੇ ਲਾ ਦਿਆਂਗਾ ਕੋਈ ਨਹੀਂ ਕੋਈ ਇਹ ਹੈ ਜੀ ਖਤ ਜਿਹੜਾ ਮੋਨੀ ਥਾਪਰ ਨੇ ਲਿਖਿਆ ਕਿ ਜੀ ਸਾਡੇ ਅਹੁਦੇ 'ਤੇ ਕਬਜ਼ਾ ਕਰ ਲਓ ਤੁਸੀਂ ਜਾ ਕੇ ਕਿਰਪਾਲ ਸਿੰਘ ਥਾਪਰ ਦੀ ਬੇਟੀ ਕੁਲਦੀਪ ਥਾਪਰ ਇਹ ਫੋਟੋ ਕਦੋਂ ਦੀ ਹੈ ਜੀ ਇਹ ਫੋਟੋ ਦਾ ਤਾਂ ਪਤਾ ਨਹੀਂ ਲੇਕਿਨ ਮੈਨੂੰ ਜਿਹੜੀ ਫੋਟੋ ਮਿਲੀ ਆ ਇਹ 1992-93 ਦੀ ਹੈ 1992-93 ਠੀਕ ਹੈ ਜੀ ਇਹ ਹੈ ਜੀ ਇੰਦਰ ਸਿੰਘ ਇੰਦਰ ਸਿੰਘ ਹੈ ਉਹਨਾਂ ਦੀ ਪਤਨੀ ਹੈ ਠੀਕ ਹੈ ਜੀ ਇਹ ਉਹਨਾਂ ਦੀ ਫਿਰ ਪਤਨੀ ਜਵਾਨੀ ਦੀ ਠੀਕ ਹੈ ਜੀ ਇਹ ਕੁਲਦੀਪ ਥਾਪਰ ਦੇ ਦਾ ਬੇਟਾ ਔਰ ਉਹਦੀ ਬੀਵੀ ਠੀਕ ਹੈ ਜੀ ਅਤੇ ਇੱਕ ਮੈਂ ਲੱਭਾਂਗਾ ਜੀ ਇੱਕ ਖਤ ਜਿਹੜਾ ਹਿਸਟੋਰੀਕਲ ਸਰਦਾਰ ਬਹਾਦੁਰ ਤੇਜਾ ਸਿੰਘ ਹਾਂਜੀ ਹਾਂਜੀ ਜੀ ਫਸਟ ਇੰਡੀਅਨ ਚੀਫ ਜਸਟਿਸ ਠੀਕ ਹੈ ਉਹਦਾ ਵੀ ਮੇਰੇ ਕੋਲ ਖਤ ਹੈਗਾ ਕਿ ਬਸ ਇਹੋ ਚੀਜ਼ ਹੈ ਕਿ ਬਈ ਬਰਕਤ ਅਖੇ ਬਸ ਹਾਂ ਕਿਸਮਤ ਮੈਂ ਯਹੀ ਲਿਖਾ ਥਾ ਕਿ ਹਮਨੇ ਵੀ ਇਸ ਤਰ੍ਹਾਂ ਡਿਸਪਲੇਸ ਹੋਣਾ ਥਾ ਆਪਨੇ ਵੀ ਸਦੀਓ ਸੇ ਇਕੱਠੇ ਰਹਿ ਰਹੇ ਥੇ ਸਭ ਦੀਆਂ ਚੀਜ਼ਾਂ ਜੀ ਇਹ ਖਤ ਮੈਂ ਜਿਹੜਾ ਪੜ੍ਹ ਰਹੇ ਹਾਂ ਜੀ ਇਹ ਕੁਲਦੀਪ ਥਾਪਰ ਵੱਲੋਂ ਮੈਨੂੰ ਆਇਆ ਸੀ ਜੀ ਜਿਹੜੇ ਮੈਨੂੰ ਆਪਣਾ ਭਾਈ ਸਮਝਦੀ ਸੀ ਮੈਂ ਉਹਨੂੰ ਆਪਣੇ ਹਮਸ਼ੀਰਾ ਜਾਂ ਭੈਣ ਸਮਝਦਾ ਸੀ ਔਰ ਇਹਨਾਂ ਦਾ ਐਡਰੈਸ ਹੈਗਾ 65 RB1 ਫਲੈਟਸ ਮੌਜ ਖਾਸ ਨਿਊ ਦਿੱਲੀ 16 ਮਾਈ ਡੀਅਰ ਬ੍ਰਦਰ ਇਸਲਾਮ ਸਤਿ ਸ੍ਰੀ ਅਕਾਲ ਆਈ ਹੈਵ ਰਿਸੀਵਡ ਯੋਰ ਲੈਟਰ ਆਫ 18th August 1991 and was very glad to go through it. My children also read the letter many times. Well dear, my album is too vast. It can accommodate many much more photos and my heart is still more bigger which can store too much. Islam, there is some misunderstanding. I do not think that I have written the name of my son as Premjeet. Rather, his name is Deepak and his wife is Desi and the little baby is Anita. Ankita. Which means impression. I am not sure whether I shall be able to visit your side, but I am trying for next year in 1992 with family. We all shall be glad to if you visit us. How is Saida? My love to her and how are my sweet angels? Give them their buas love and blessing. Main dobara padh reha ji
ਬੂਆ ਦੇ ਲਵ ਐਂਡ ਬਲੈਸਿੰਗ ਬੂਆ ਬੂਆ ਮੀਨਸ ਪੂਪੀ ਦੀਪਕ ਐਂਡ ਡੇਜ਼ੀ ਆਰ ਸੈਂਡਿੰਗ ਦੇਅਰ ਰਿਗਾਰਡਸ ਟੂ ਯੂ ਐਂਡ ਸਈਦਾ ਐਂਡ ਲਵ ਟੂ ਦੇਅਰ ਸਿਸਟਰਸ ਰੈਸਟ ਆਲ ਇਜ਼ ਫਾਈਨ ਵੈਲ ਵਿਦ ਲਵ ਯੋਰ ਸਿਸਟਰ ਕੁਲਦੀਪ ਫਿਰ ਇਹਨਾਂ ਦੇ ਬੇਟੇ ਦਾ ਵੀ ਲੈਟਰ ਹੈ ਜੀ respected mama ji mama jaan regards it has really been a pleasure to read your letter as it shows affection and love we are really longing to see you all I knew it is going to be a great when we meet I shall write more about myself and my next letter in my next letter please convey my and Daisy's profound regards to dear mummy ji and love to sisters in case you need anything from here do let me know It will be my pleasure. Till then, regards, Khuda Hafiz, Khuda Hafiz, Khuda Hafiz, yours, Deepak. ਇਹ ਦਮਾਦ ਦਾ ਲੈਟਰ ਹੈ 77 ਮਾਲਵੀਆ ਨਗਰ ਦਿੱਲੀ ਤੋਂ ਦਿੱਲੀ ਠੀਕ ਹੈ ਤੇ ਇੱਥੇ ਹੁਣ ਇੱਕ ਵੇਚ ਪੂਛ ਗਏ ਜਾਂ ਹੋਰ ਕੋਈ ਚੰਡੀਗੜ੍ਹ ਚਲਾ ਗਿਆ ਕਿਸੇ ਜਗ੍ਹਾ ਚਲਾ ਗਿਆ ਕੋਈ ਕਿਸੇ ਜਗ੍ਹਾ ਚਲਾ ਗਿਆ ਲੇਕਿਨ ਜਿਹੜੇ ਖਤੂਤ ਮਤਲਬ ਸਿਸਟਰ ਕੁਲਦੀਪ ਦੇ ਹੈਗੇ ਆ ਅਗਰ 92 ਦੀ ਗੱਲ ਹੈਗੀ ਆ 28 ਸਾਲ ਲੰਘ ਗਏ ਤੇ 28 ਸਾਲ ਸੁਰਗਵਾਸ ਹੋ ਗਏ ਜਾਂ ਅੱਲਾਹ ਤਾਲਾ ਨੇ ਸਾਨੂੰ ਜ਼ਿੰਦਗੀ ਦਿੱਤੀ ਇਸ ਫੈਮਿਲੀ ਦੇ ਕਿੰਨੇ ਕੁ ਲੈਟਰ ਤੁਹਾਡੇ ਕੋਲ ਪਏ ਨੇ ਮੇਰਾ ਖਿਆਲ ਹੈ ਕਿ ਕਮ ਸੇ ਕਮ ਵੀ 20 ਲੈਟਰ ਹੋਣੇ ਠੀਕ ਹੈ ਠੀਕ ਹੈ ਜਿਹਦੇ ਵਿੱਚ ਮੈਨੂੰ ਇਸ ਵੇਲੇ ਲੱਭ ਨਹੀਂ ਰਿਹਾ ਜਿਹੜਾ ਕਿ ਸਰਦਾਰ ਬਹਾਦਰ ਤੇਜਾ ਸਿੰਘ ਦਾ ਵੀ ਹੈ ਅੱਛਾ ਜੀ ਸਰਦਾਰ ਬਹਾਦਰ ਤੇਜਾ ਸਿੰਘ ਫਸਟ ਇੰਡੀਅਨ ਚੀਫ ਜਸਟਿਸ ਬਾਬਾ ਜੀ ਹੁਣ ਇੱਕ ਗੱਲ ਇਹ ਦੱਸੋ ਕਦੇ ਆਪਣਾ ਪਿੰਡ ਜਿਹੜਾ ਤੁਹਾਡਾ ਸੀ ਜੀ ਜੀ ਬਸੀ ਹਾਂਜੀ ਡੇਰਾ ਬਸੀ ਯਾਦ ਆਉਂਦਾ ਬਹੁਤ ਯਾਦ ਆਉਂਦਾ ਡੇਰਾ ਬਸੀ ਬਹੁਤ ਯਾਦ ਆਉਂਦਾ ਯਾਨੀ ਉਹ ਜਿੱਥੇ ਅਸੀਂ ਬਚਪਨ ਗੁਜ਼ਾਰਿਆ ਜਿੱਥੇ ਬੱਚਿਆਂ ਵਾਲੀ ਜਿਹੜੀ ਸ਼ਰਾਰਤਾਂ ਬਹੁਤ ਯਾਦ ਆਉਂਦਾ ਬਲਕਿ ਅੱਜ ਤੋਂ ਕੋਈ 10-12 ਸਾਲ ਪਹਿਲਾਂ ਡੇਰਾ ਬਸੀ ਦੇ ਸਿੱਖ ਯਾਤਰਾ ਵਾਸਤੇ ਇੱਥੇ ਆਏ ਅਤੇ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਅਨਾਰਕਲੀ 'ਚ ਜੋ ਗੱਲਾਂ ਕਰਨ ਲੱਗੇ ਜੋ ਬਾਤਾਂ ਕਰਨ ਲੱਗੇ ਕਰਦੇ ਆਖਿਰਕਾਰ ਸ਼ਾਹੀ ਕਿਲੇ ਦੇ ਕੋਲ ਰਣਜੀਤ ਸਿੰਘ ਦੀ ਮੜੀ ਹੈਗੀ ਹੈ ਉੱਥੇ ਉਹ ਯਾਤਰਾ ਕਰਨ ਇਬਾਦਤ ਕਰਨ ਆਉਂਦੇ ਅਤੇ ਉਹਨਾਂ ਨਾਲ ਅਤੇ ਕਹਿੰਦੇ ਜੀ ਇਹ ਜਿੰਨਾ ਕੁ ਪਿਆਰ ਸਾਨੂੰ ਇੱਥੇ ਮਿਲਿਆ ਨਾ ਤੁਸੀਂ ਆਓ ਤਾਂ ਮੈਂ ਕਿਹਾ ਯਾਰ ਜੇ ਆਈਏ ਤਾਂ ਕਹਿੰਦਾ ਆਓ ਤਾਂ ਸਹੀ ਇਹ ਜਿੰਨਾ ਕੁ ਪਿਆਰ ਸਾਨੂੰ ਇੱਥੇ ਪਾਕਿਸਤਾਨ 'ਚ ਮਿਲਿਆ ਨਾ ਸਾਨੂੰ ਜੋ ਉੱਥੇ ਜੋ ਪ੍ਰੋਪਰਗੰਡਾ ਹੁੰਦਾ ਜੀ ਇਹ ਹੈ ਉਹ ਉੱਥੇ ਤਾਂ ਸਾਰੇ ਦਹਿਸ਼ਤਗਰਦ ਹੈਗੇ ਆ ਬਸ ਜਾਓਗੇ ਤੁਹਾਨੂੰ ਮਾਰ ਦੇਣਗੇ ਜੇ ਕਰਨ ਦੇਣਗੇ ਅਤੇ ਲੇਕਿਨ ਬਿਲ ਨਾ ਇੱਧਰ ਹੈ ਨਾ ਉੱਧਰ ਹੈ ਇਹ ਕੋਈ ਹੋਰ ਕੋਈ ਤਾਕਤ ਹੈਗੀ ਜਿਹੜੀ ਕਿ ਜਿਸ ਵੇਲੇ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਉਹ ਡੇਰਾ ਬਸੀ ਤੋਂ ਆਏ ਨੇ ਹਾਂਜੀ ਕਰੰਟ ਜਿਹਾ ਲੱਗਿਆ ਇੱਕ ਵਾਰੀ ਬਿਲਕੁਲ ਜੀ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਅਸੀਂ ਉਹ ਹੀ 1947 'ਚ ਯਾਨੀ 1947 'ਚ ਉਸ ਨਹੀਂ ਆਬਾਦ ਹੈਗੇ ਹਾਂ ਮੈਂ ਕਿਹਾ ਜੀ ਤੁਸੀਂ ਕੌ ਬਰਾਦਰੀ ਕਿਹੜੀ ਹੈ ਆਖਿਆ ਜੀ ਅਸੀਂ ਦੋ ਬੰਦੇ ਉਹਨਾਂ 'ਚੋਂ ਦੋ ਬੰਦੇ ਕੋਈ ਗੌਰਮੈਂਟ ਸਰਵੈਂਟ ਸੀਗੇ ਟੈਲੀਵਿਜ਼ਨ ਦੇ ਉੱਤੇ ਔਰ ਦੋ ਬੰਦੇ
ਸੈਣੀ ਕਹਿੰਦੇ ਆ, ਸੈਣੀ ਸੈਣੀ ਉਹਨਾਂ ਸੈਣੀ ਬਰਾਦਰੀ ਦੇ ਸੀ, ਸੈਣੀ ਬਰਾਦਰੀ ਐਗਰੀਕਲਚਰ ਦਾ ਕੰਮ ਕਰਦੇ ਆ। ਲੇਕਿਨ ਮੈਨੂੰ ਕਿਸੇ ਨੇ ਦੱਸਿਆ, ਮੇਰੇ ਆਪਣੇ ਸੀਨੀਅਰਸ ਨੇ, ਕਿ ਜਿਹੜਾ ਉਹ ਮੁਹੱਲਾ ਸੀ ਉਹ ਸੀ ਖਟੀਕਾਂ ਦਾ, ਖਟੀਕ ਖਟੀਕ ਜਿਹੜੇ ਕਿ ਚਮੜੇ ਨੂੰ ਸਾਫ਼ ਕਰਦੇ, ਪ੍ਰੋਸੈਸ ਕਰਦੇ ਆ ਨਾ। ਠੀਕ ਹੈ। ਅਤੇ ਬਹਰਹਾਲ ਠੀਕ, ਉਹਨਾਂ ਦੇ ਨਾਲ ਜਦੋਂ ਮੈਂ ਗੱਲਬਾਤ ਕੀਤੀ ਹੈ, ਜੂੰ ਚੱਲੇ ਆ ਪੈਦਲ ਹੀ, ਪੈਦਲ ਹੀ ਰੰਗ ਮਹਿਲ ਤੋਂ ਹੋ ਕੇ ਅਖੀਰ ਜਾ ਕੇ ਉੱਥੇ। ਵਾਹ ਜੀ ਵਾਹ, ਵਾਹ ਜੀ ਵਾਹ। ਅੱਛਾ, ਮੌਕਾ ਮਿਲੇ ਤਾਂ ਫਿਰ ਤੁਸੀਂ ਡੇਰਾ ਬਸੀ ਵੇਖਣ ਜਾਓਗੇ? ਅਗਰ ਕੁਛ ਅਗਰ ਮੌਕਾ ਮਿਲੇ, ਅਗਰ ਮੌਕਾ ਮਿਲੇ ਤਾਂ ਹੁਣ ਵੀ ਚਲੇ ਜਾਓਗੇ? ਹਾਂਜੀ, ਹੁਣ ਵੀ ਚਲੇ ਜਾਓਗੇ? ਹੁਣ ਵੀ ਜਾਵਾਂਗਾ, 83 84 ਇਸ ਵੇਲੇ 84-85 ਸਾਲ ਦੀ ਉਮਰ 'ਚ ਅਲਾਮੀਆਂ ਨੇ ਹਿੰਮਤ ਦਿੱਤੀ ਅਤੇ ਜ਼ਰੂਰ ਜਾਵਾਂਗਾ, ਦੇਖਾਂਗਾ। ਵਾਹ ਜੀ ਵਾਹ, ਵਾਹ ਜੀ ਵਾਹ। ਅੱਛਾ, ਇੱਕ ਦੋ ਟਿਕਟ ਤੁਹਾਨੂੰ ਦਿੱਤੇ ਜਾਣ, ਇੱਕ ਅਮਰੀਕਾ ਦੀ ਸੈਰ ਕਰ ਆਓ, ਦੂਜਾ ਟਿਕਟ ਹੈ ਕਿ ਜਾਂ ਫਿਰ ਤੁਸੀਂ ਆਪਣਾ ਡੇਰਾ ਬਸੀ ਵੇਖ ਆਓ। ਅਮਰੀਕਾ ਜਾਓਗੇ ਜਾਂ ਡੇਰਾ ਬਸੀ ਵੇਖ? ਮੈਂ ਜੀ ਡੇਰਾ ਬਸੀ ਜਾਵਾਂਗਾ, ਅਮਰੀਕਾ ਨਹੀਂ ਜਾਵਾਂਗਾ। ਵਾਹ ਜੀ ਵਾਹ, ਕਿਆ ਬਾਤ। ਜਿੱਥੇ ਮੈਂ ਆਪਣਾ ਬਚਪਨ ਗੁਜ਼ਾਰਿਆ, ਜਿੱਥੇ ਮੈਂ ਕੁਰਾਨ ਸ਼ਰੀਫ ਪੜ੍ਹਿਆ, ਜਿੱਥੇ ਮੈਂ ਅੱਜ ਉਹਨਾਂ ਦੇ ਜਿਹੜੇ ਸਾਡੇ ਨੀ ਕੁਰਾਨ ਸਾਨੂੰ ਪੜ੍ਹਾਉਂਦੇ ਹੁੰਦੇ ਸੀ, ਉਹ ਸਹਾਰਨਪੁਰ ਦੇ ਰਹਿਣ ਵਾਲੇ ਸੀ, ਜ਼ਾਤ ਦੇ ਨਾਈ ਸੀ, ਲੇਕਿਨ ਨਿਹਾਇਤ ਸ਼ਰੀਫ ਆਦਮੀ। ਔਰ ਉਹਨਾਂ ਦਾ ਇੱਕ ਬੇਟਾ ਇੱਥੇ ਸ਼ਫੀਕ ਆਰਕੀਟੈਕਟ ਹੈਗਾ, ਪਤਾ ਨਹੀਂ ਫੌਤ ਹੋ ਗਿਆ, ਪਤਾ ਨਹੀਂ ਹੈ ਜਾਂ ਨਹੀਂ ਹੈ। ਬਾਕੀ ਮੈਂ ਇਹ ਜ਼ਰੂਰ ਪੈਗਾਮ ਦੇਵਾਂਗਾ ਕਿ ਅਗਰ ਇੰਦਰ ਸਿੰਘ ਦੇ ਇਹਨਾਂ 'ਚੋਂ ਕੋਈ ਹੋਵੇ ਜੀ, ਅਤੇ ਇੰਦਰ ਸਿੰਘ ਕੁਲਦੀਪ, ਇੰਦਰ ਸਿੰਘ ਦੇ ਮਾਂ ਬਾਪ ਤਾਂ ਮਰ ਗਏ ਨਾ ਜੀ, ਹੁਣ ਭਾਈ ਜਿਹੜੇ ਹੈਗੇ ਆ, ਭਾਈ ਵੀ ਮੇਰੇ ਖਿਆਲ ਤੀਸਰੀ ਨਸਲ ਆ ਗਈ ਹੈ। ਠੀਕ ਹੈ। ਹਾਂਜੀ ਹਾਂਜੀ ਹਾਂਜੀ। ਅਤੇ ਮੇਰੇ ਕੋਲ ਖਤ ਪਏ ਹੈ ਉਹਨਾਂ ਦੇ, ਹੁਣ ਉਹ ਵੀ ਇੱਧਰ ਉੱਧਰ, ਕੋਈ ਕੋਈ ਚੰਡੀਗੜ੍ਹ ਕਿਸੇ ਪੋਸਟਿੰਗ ਹੈ, ਕੋਈ ਕਿਸੇ ਜਗ੍ਹਾ ਪੋਸਟਿੰਗ ਹੈ, ਕੋਈ ਕਿਸੇ ਜਗ੍ਹਾ ਪੋਸਟਿੰਗ ਹੈ। ਅਤੇ ਲੇਕਿਨ ਤੁਸੀਂ ਗੱਲ ਪੂਰੀ ਕਰਨ ਲੱਗੇ ਸੀ ਕਿ ਅਗਰ ਉਹਨਾਂ 'ਚੋਂ ਕੋਈ ਵੀ ਜਿਉਂਦਾ ਹੈ ਤਾਂ ਤੁਹਾਡੇ ਨਾਲ ਰਾਬਤਾ ਕਰੇ। ਅਗਰ ਰਾਬਤਾ ਕਰ ਲਵੇ ਤਾਂ ਬੜੀ ਮਿਹਰਬਾਨੀ ਹੈ ਜੀ ਉਹਨਾਂ ਦੀ। ਹਾਂਜੀ, ਵਾਹ ਵਾਹ। ਲੇਕਿਨ ਮੇਰਾ ਹੁਣ ਜੀ ਕਰਦਾ ਕਿ ਜ਼ਿੰਦਗੀ 'ਚ ਇੱਕ ਵਾਰੀ ਮੈਂ ਫਿਰ ਡੇਰਾ ਬਸੀ ਫਿਰ ਦੇਖ ਕੇ ਆਵਾਂ, ਕਿ ਜਿੱਥੇ ਅਸੀਂ ਗੁੱਡੀਆਂ ਲੁੱਟਦੇ ਹੁੰਦੇ ਸੀ, ਪਤੰਗਾਂ ਲੁੱਟਦੇ ਹੁੰਦੇ ਸੀ, ਖੇਤਾਂ 'ਚ ਜਾਣਾ, ਹੋਰ ਚੀਜ਼ਾਂ ਕਰ, ਸ਼ਰਾਰਤਾਂ ਕਰਨੀਆਂ, ਹੋਰ ਚੀਜ਼ਾਂ ਕਰਨੀਆਂ, ਅਤੇ ਜ਼ਾਹਿਰ ਹੈ ਯਾਦ। ਵਾਹ ਵਾਹ, ਤੁਹਾਡੀ ਅੱਖਾਂ ਵਿੱਚ ਅੱਜ ਵੀ ਮੈਨੂੰ ਡੇਰਾ ਬਸੀ ਨਜ਼ਰ ਆ ਰਹੀ। ਹੁਣ ਜਦੋਂ ਯੂਟਿਊਬ 'ਤੇ ਦੇਖੀਦਾ ਨਹੀਂ ਕਿ ਵੀ ਹੁਣ ਇਹ ਡੇਰਾ ਬਸੀ ਇਹ ਜਗ੍ਹਾ ਹੈਗੀ ਹੈ, ਹੁਣ ਉੱਥੇ ਨਾ ਸਰਕਾਰੀ ਹੋਸਪਿਟਲ ਸੀ, ਡਿਸਪੈਂਸਰੀ ਛੋਟੀਆਂ, ਹਾਂਜੀ, ਨਾ ਕੋਈ ਹੋਰ ਚੀਜ਼ ਸੀ, ਨਾ ਕੋਈ ਹੋਰ ਚੀਜ਼ ਸੀ, ਲੇਕਿਨ ਉਹ ਇੰਨੀ ਕਿ ਇੰਨੀ ਸਬਰ ਸ਼ੁਕਰ ਵਾਲੀ ਕੰਟੈਂਟ, ਇੱਕਾ ਦੁੱਕਾ ਵਾਕਿਆ ਹਰ ਵੇਲੇ ਹੁੰਦੇ ਸੀ, ਲੇਕਿਨ ਇਹ ਹੈ ਕਿ ਪਿਆਰ ਮੁਹੱਬਤ ਇਹ ਉਹ। ਅੱਛਾ, ਜਿਹੜਾ ਯਾਨੀ ਇੰਡੀਅਨ ਮਿਲਟਰੀ ਹੋਸਪਿਟਲ 'ਚ ਵੀ ਇੱਕ, ਮੈਂ ਹੁਣ ਕੀ ਕਹਾਂ, ਚਮਾਰਾਂ ਦੇ ਵਿੱਚੋਂ ਅੱਬਾ ਜੀ ਦਾ ਸ਼ਾਗਿਰਦ ਬਲਵੰਤ ਸਿੰਘ, ਅੱਗੇ ਨੂੰ ਉਹਦੀ ਵੀ ਤੀਸਰੀ ਨਸਲ ਆ ਗਈ ਹੋਣੀ ਹੈ, ਉਹ ਵੀ ਜੰਗ, ਅਤੇ ਅਸੀਂ ਬਲਵੰਤ ਸਿੰਘ ਕਿੱਥੇ ਰਹਿੰਦਾ ਸੀ? ਬਲਵੰਤ ਸਿੰਘ ਉੱਥੇ ਰਹਿੰਦਾ ਸੀ, ਡੇਰਾ ਬਸੀ ਜਾਂ ਕਿਤੇ ਹੋਰ? ਡੇਰਾ ਬਸੀ 'ਚ ਜੀ। ਅੱਛਾ, ਡੇਰਾ ਬਸੀ, ਇਹਨਾਂ ਦਾ ਮੁਹੱਲਾ ਅਲੱਗਾ ਸੀ। ਡੇਰਾ ਬਸੀ ਦਾ ਮੁਹੱਲਾ ਕਿਹੜਾ ਸੀ ਜਿੱਥੇ ਬਲਵੰਤ ਸਿੰਘ ਰਹਿੰਦਾ ਸੀ? ਚਮਾਰਾਂ ਦਾ ਮੁਹੱਲਾ ਕਹਿੰਦੇ ਹੁੰਦੇ ਸੀ। ਅੱਛਾ, ਉਸ ਉਦੋਂ ਚਮਾ ਇਹ ਲਫ਼ਜ਼ ਯੂਜ਼ ਕੀਤਾ? ਨਹੀਂ, ਬਿਲਕੁਲ ਅਲੱਗਾ ਸੀਗਾ ਇਹ। ਠੀਕ ਠੀਕ, ਉਹਦੇ ਨਾਲ ਵੀ ਮਿਲਣ ਨੂੰ ਦਿਲ ਕਰਦਾ ਤੁਹਾਡਾ? ਉਹਨਾਂ ਦੀ ਹੁਣ ਤੀਸਰੀ ਮਰ ਮੁੱਕ ਗਏ, ਤੀਸਰੀ ਨਸਲ ਆ ਗਈ ਹੋਣੀ, ਪਤਾ ਨਹੀਂ ਜਾਣਦੇ ਵੀ ਹੋਣ ਜਾਂ ਕਿਸੇ ਜ਼ਿਕਰ ਕੀਤਾ, ਬਲਕਿ ਅਸੀਂ ਘਰ ਦਾ ਕਾਫੀ ਸਾਰਾ ਸਮਾਨ ਜਿਹੜਾ ਨਾ, ਹਾਂਜੀ, ਕਾਫੀ ਸਾਰਾ ਬਰਤਨ ਭਾਂਡੇ ਇਹ ਉਹ ਉਹਨਾਂ ਦੇ ਘਰ ਛੱਡ ਕੇ ਆਏ ਸੀ।